Assalamu alaikum, welcome back to my channel. I'm Muzaffar Teja. How are you? Somebody commented in one of my old video that my coffee making routine is very satisfying. Thank you very much. Jede iske sam de comments on denna, they are really very very encouraging for a person like me. So please keep commenting. ਅੱਜ 31st of December 2021 ਆਖਰੀ ਦਿਨ ਸਾਲ ਦਾ, ਇਹ ਸਾਲ ਵੀ ਪੂਰਾ ਹੋ ਗਿਆ। 2022 ਇਨ ਪਰਟੀਕੂਲਰ ਔਰ 2021 ਨਾਟ ਦੈਟ ਪਰਟੀਕੂਲਰ, ਇਹ ਦੋ ਸਾਲ ਤਾਂ ਕਰੋਨਾ ਦੀ ਨਜ਼ਰ ਹੀ ਹੋ ਗਏ ਨੇ। 2022 ਨੂੰ ਤਾਂ 2020 ਨੂੰ ਤਾਂ ਕੋਈ ਯਾਦ ਨਹੀਂ ਰੱਖਣਾ ਚਾਹੁੰਦਾ, ਦੈਟਸ ਅ ਟੋਟਲ ਰਾਈਟ ਆਫ। ਲੇਕਿਨ 2021 ਦੇ ਵਿੱਚ ਕੁਛ ਉਮੀਦਾਂ ਨਜ਼ਰ ਆਈਆਂ ਸੀਗੀਆਂ, ਕੁਛ ਰਿਵਾਈਵਲ ਹੋਇਆ, ਵੈਕਸੀਨਾਂ ਲੱਗਣੀਆਂ ਸ਼ੁਰੂ ਹੋਈਆਂ ਔਰ ਕੁਛ ਬਿਜ਼ਨਸਿਸ ਦੀ ਵੀ ਰਿਵਾਈਵਲ ਸ਼ੁਰੂ ਹੋਈ ਸੀ, ਬਟ ਨਾਟ ਐਟ ਦੇਅਰ ਫੁੱਲ ਪੋਟੈਂਸ਼ੀਅਲ। ਆਹਿਸਤਾ ਆਹਿਸਤਾ ਹੋਈਆਂ ਅਤੇ ਹੁਣ ਦਸੰਬਰ ਦੇ ਵਿੱਚ ਆ ਕੇ ਫਿਰ ਓਮੀਕਰੋਨ ਜਿਹੜਾ ਨਵਾਂ ਵੇਰੀਐਂਟ ਹੈ ਉਹ ਆ ਗਿਆ ਹੋਇਆ। ਨਵਾਂ ਸਾਲ ਸ਼ੁਰੂ ਹੋ ਰਿਹਾ, ਨਵਾਂ ਸਾਲ ਜਦੋਂ ਸ਼ੁਰੂ ਹੁੰਦਾ ਓਬਵੀਅਸਲੀ ਨਵੇਂ ਸਾਲ ਦੇ ਰੈਜ਼ੋਲੂਸ਼ਨਸ ਹੁੰਦੇ ਆ, ਕੁਛ ਟਾਰਗੇਟ ਬੰਦਾ ਸੈੱਟ ਕਰਦਾ ਅਗਲੇ ਸਾਲ ਵਾਸਤੇ। ਅਤੇ ਫਸਟ ਆਫ ਆਲ ਤਾਂ ਮੈਂ ਇਹ ਦੁਆ ਕਰਾਂਗਾ ਕਿ ਅੱਲਾ ਪਾਕ ਇਸ ਕਰੋਨਾ ਤੋਂ ਸਾਨੂੰ ਅਗਲੇ ਸਾਲ ਦੇ ਵਿੱਚ ਮਹਿਫੂਜ਼ ਰੱਖੇ, ਨਿਜਾਤ ਅਤਾ ਫਰਮਾਵੇ। ਔਰ ਉਸ ਤੋਂ ਇਲਾਵਾ ਜਿਹੜੇ ਨੈਕਸਟ ਈਅਰ ਦੇ ਰੈਜ਼ੋਲੂਸ਼ਨਸ ਨੇ, ਟਾਰਗੇਟਸ ਨੇ, ਹਰ ਬੰਦਾ ਸੈੱਟ ਕਰਦਾ ਆ, ਉਹਨਾਂ ਦੀ ਕੀ ਲੌਜਿਕ ਹੁੰਦੀ ਆ, ਉਹ ਕਿਉਂ ਕਰੀਦੇ ਆ, ਕਿੱਦਾਂ ਕਰਨੇ ਚਾਹੀਦੇ ਆ, ਕਿਸ ਕਿਸਮ ਦੇ ਟਾਰਗੇਟ ਸੈੱਟ ਕਰਨੇ ਚਾਹੀਦੇ ਆ, ਉਹਨਾਂ ਨੂੰ ਹਾਸਲ ਕਰਨ ਵਾਸਤੇ ਕਿੱਦਾਂ ਦੀਆਂ ਐਫਰਟਸ ਕਰਨੀਆਂ ਚਾਹੀਦੀਆਂ ਨੇ, ਉਸ ਹਵਾਲੇ ਦੇ ਨਾਲ ਮੈਂ ਆਪਣਾ ਪੁਆਇੰਟ ਆਫ ਵਿਊ ਤੁਹਾਡੇ ਨਾਲ ਸ਼ੇਅਰ ਕਰਾਂਗਾ ਅੱਜ। ਮੈਂ ਤੁਹਾਨੂੰ ਪਹਿਲੇ ਵੀ ਕਈ ਦਫਾ ਕਿਸ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਮੈਂ ਇੱਕ ਇਦਾਰੇ ਵਾਸਤੇ ਕੰਮ ਕਰਦਾ, ਜੋਬ ਕਰਦਾ, ਲੇਕਿਨ ਫਸ ਸਮ ਰੀਜ਼ਨ ਨਾ ਮੈਂ ਉਸ ਇਦਾਰੇ ਦਾ ਨਾਮ ਕਦੇ ਆਪਣੀ ਵੀਡੀਓਜ਼ ਦੇ ਵਿੱਚ ਨਹੀਂ ਲਿਆ। ਐਵੇਂ ਬਸ ਮੇਰੀ ਆਪਣੀ ਅੰਡਰਸਟੈਂਡਿੰਗ ਆ ਕਿ ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਉਸ ਇਦਾਰੇ ਦਾ ਨਾਮ ਨਹੀਂ ਡਿਸਕਲੋਜ਼ ਕਰਨਾ ਚਾਹੀਦਾ, ਹਾਲਾਂਕਿ ਸਾਡੀ ਲਿੰਕਡਇਨ ਪ੍ਰੋਫਾਈਲ ਵਗੈਰਾ ਹੁੰਦੀਆਂ ਨੇ, ਉਹਨਾਂ ਦੇ ਵਿੱਚ ਮੈਂ ਆਪਣੇ ਉਹਦਾ ਇਦਾਰੇ ਦਾ ਨਾਮ ਲਿਖਿਆ ਹੋਇਆ। ਬਟ ਫਸ ਸਮ ਰੀਜ਼ਨ ਮੇਰੀ ਆਪਣੀ ਅੰਡਰਸਟੈਂਡਿੰਗ ਸੀਗੀ, ਮੇਰਾ ਆਪਣਾ ਪੁਆਇੰਟ ਆਫ ਵਿਊ ਸੀ, ਇਸ ਲਈ ਮੈਂ ਨਹੀਂ ਉਹਦਾ ਨਾਮ ਸ਼ੇਅਰ ਕੀਤਾ। ਜਿਹੜੀ ਮੈਂ ਗੱਲ ਕਰਨਾ ਚਾਹ ਰਿਹਾ ਉਹ ਗੱਲ ਇਹ ਹੈ ਕਿ ਮੈਂ ਆਪਣੀ ਜੋਬ ਚੇਂਜ ਕਰ ਰਿਹਾ। ਅੱਜ 7 ਜਨਵਰੀ ਮੇਰਾ ਆਖਰੀ ਦਿਨ ਹੋਏਗਾ ਮੇਰੇ ਪੁਰਾਣੀ ਜੋਬ ਦੇ ਉੱਤੇ, ਔਰ 17 ਜਨਵਰੀ ਨੂੰ ਮੈਂ ਆਪਣੀ ਨਵੀਂ ਜੋਬ ਸ਼ੁਰੂ ਕਰਨੀ ਹੈ। ਅਤੇ ਬੇਸਿਕਲੀ ਮੈਂ ਜਿਹੜੀ ਗੱਲ ਕਰਨਾ ਚਾਹ ਰਿਹਾ ਕਿ ਮੇਰੇ ਪੁਰਾਣੇ ਇਦਾਰੇ ਦੇ ਵਿੱਚ ਨਾ ਅਸੀਂ ਜਦੋਂ ਸਾਲ ਸ਼ੁਰੂ ਹੁੰਦਾ ਆ ਅਸੀਂ ਆਪਣੀ ਗੋਲ ਸੈਟਿੰਗ ਕਰੀਦੀ ਆ, ਆਪਣੇ ਅਗਲੇ ਸਾਲ ਵਾਸਤੇ ਨਾ ਟਾਰਗੇਟ ਸੈੱਟ ਕਰੀਦੇ ਨੇ ਕਿ ਇਸ ਸਾਲ ਦੇ ਵਿੱਚ ਮੈਂ ਕੀ ਕੁਛ ਅਚੀਵ ਕਰਨਾ। ਮਿਸਾਲ ਦੇ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਮੈਂ ਇਸ ਪ੍ਰੋਡਕਟ ਦੇ ਬਾਰੇ ਨੌਲੇਜ ਹਾਸਲ ਕਰਨਾ ਆ, ਮੈਂ ਇਸ ਪ੍ਰੋਸੈਸ ਦੇ ਬਾਰੇ ਨੌਲੇਜ ਹਾਸਲ ਕਰਨਾ, ਜਾਂ ਇਸ ਪ੍ਰੋਸੈਸ ਨੂੰ ਮੈਂ ਸਟ੍ਰੀਮ ਲਾਈਨ ਕਰਨਾ ਹੈ, ਕਾਫੀ ਵਿਗੜਿਆ ਹੋਇਆ ਆ, ਖਰਾਬ ਆ, ਬਦ ਸ਼ਕਲ ਆ, ਇਹਨੂੰ ਮੈਂ ਸਮੂਥ ਕਰਨਾ ਆ। ਜਾਂ ਤੁਸੀਂ ਕਹਿੰਦੇ ਹੋ ਕਿ ਜੀ ਆ ਫਲਾਣੀ ਪ੍ਰੋਡਕਟ ਦਾ ਮੈਨੂੰ ਨੌਲੇਜ ਹੀ ਨਹੀਂ ਹੈਗਾ, ਇਹ ਕਿੱਦਾਂ ਕੰਮ ਕਰਦੀ ਆ, ਇਹਨੂੰ ਕਿੱਦਾਂ ਵੇਚੀਦਾ, ਕਿੱਦਾਂ ਖਰੀਦੀਦਾ, ਇਸ ਕਿਸਮ ਦੀਆਂ ਚੀਜ਼ਾਂ ਦਾ ਨਾ ਤੁਸੀਂ ਆਪਣੇ ਟਾਰਗੇਟ ਸੈੱਟ ਕਰਦੇ ਹੋ। ਫਿਰ ਤੁਸੀਂ ਓਬਵੀਅਸਲੀ ਥਰੂ ਆਊਟ ਦਾ ਈਅਰ ਆਪਣੇ ਉਸ ਟਾਰਗੇਟਸ ਨੂੰ ਅਚੀਵ ਕਰਨ ਵਾਸਤੇ ਕੋਸ਼ਿਸ਼ ਕਰਦੇ ਹੋ, ਆਪਣੇ ਮੈਨੇਜਰ ਦੇ ਨਾਲ ਪੀਰੀਓਡਿਕਲੀ ਮੀਟਿੰਗਸ ਕਰਦੇ ਹੋ, ਉਹਦੇ ਨਾਲ ਡਿਸਕਸ ਕਰਦੇ ਹੋ ਕਿ ਆਹ ਮੇਰੇ ਟਾਰਗੇਟ ਸੀਗੇ, ਉਹਨਾਂ ਨੂੰ ਮੈਂ ਹਾਸਲ ਕਰਨ ਵਾਸਤੇ ਆਹ ਆਹ ਸਟੈਪ ਲੈ ਰਿਹਾ, ਉਹ ਫਿਰ ਤੁਹਾਨੂੰ ਗਾਈਡ ਕਰਦਾ ਆ ਕਿ ਇਹਨੂੰ ਆਪਣੇ ਮਤਲਬ ਐਫਰਟਸ ਨੂੰ ਤੂੰ ਇੱਦਾਂ ਇੰਪਰੂਵ ਕਰ ਸਕਦਾ ਆ, ਜਾਂ ਜਿਹੜੀ ਤੂੰ ਐਫਰਟਸ ਕਰ ਰਿਹਾ ਉਹ ਠੀਕ ਨਹੀਂ ਹੈਗੀ, ਇਹਨੂੰ ਕੋਈ ਫਲਾਣੇ ਤਰੀਕੇ ਨਾਲ ਕਰ। ਤੋ ਇਸ ਕਿਸਮ ਦੀ ਸਪੋਰਟ ਨਾ ਥਰੂ ਆਊਟ ਦਾ ਈਅਰ ਤੁਹਾਨੂੰ ਥੋੜ੍ਹਾ ਮੈਨੇਜਰ ਦਿੰਦਾ। ਉਸ ਤੋਂ ਇਲਾਵਾ ਇੱਕ ਮੈਂਟਰਿੰਗ ਵਾਲਾ ਵੀ ਸਿਸਟਮ ਅਵੇਲੇਬਲ ਆ ਉੱਥੇ, ਜਿਹਦੇ 'ਚ ਨਾ ਤੁਸੀਂ ਇੱਕ ਮੈਂਟਰ ਪਿੱਕ ਕਰਦੇ ਹੋ, ਉਹ ਮੈਂਟਰ ਐਡੀਸ਼ਨਲੀ ਤੁਹਾਨੂੰ ਆਪਣੇ ਮੈਨੇਜਰ ਤੋਂ ਇਲਾਵਾ ਸਪੋਰਟ ਦਿੰਦਾ ਆ ਤੁਹਾਡੇ ਟਾਰਗੇਟਸ ਅਚੀਵ ਕਰਨ ਵਾਸਤੇ। ਇੱਕ ਸਟਰਕਚਰਡ ਵੇ ਬਣਾਇਆ ਜਾਂਦਾ ਆ ਜਿਹੜਾ ਤੁਹਾਨੂੰ ਹੈਲਪ ਕਰਦਾ ਆ ਤੁਹਾਡੇ ਟਾਰਗੇਟਸ ਨੂੰ ਅਚੀਵ ਕਰਨ ਵਾਸਤੇ। ਫਿਰ ਉਸੇ ਟਾਰਗੇਟਸ ਦੀ ਬੇਸ 'ਤੇ ਨਾ ਤੁਹਾਨੂੰ ਅਗਲੇ ਸਾਲ ਦੀਆਂ ਤੁਹਾਡੀਆਂ ਪ੍ਰਮੋਸ਼ਨਾਂ ਸੈੱਟ ਹੁੰਦੀਆਂ ਨੇ, ਤੁਹਾਨੂੰ ਅਗਲੇ ਸਾਲ ਇਨਕਰੀਮੈਂਟ ਕਿੰਨਾ ਮਿਲਣਾ ਆ ਉਹਦਾ ਡਿਸੀਜਨ ਹੁੰਦਾ ਆ। ਮਤਲਬ ਕਹਿਣ ਦਾ ਇਹ ਆ ਕਿ ਉਹਨਾਂ ਟਾਰਗੇਟਸ ਦੀ ਬੇਸ 'ਤੇ ਨਾ ਉਹਨਾਂ ਨੂੰ ਤੁਸੀਂ ਕਿੰਨਾ ਅਚੀਵ ਕੀਤਾ, ਕਿੰਨੇ ਅੱਛੇ ਤਰੀਕੇ ਦੇ ਨਾਲ ਅਚੀਵ ਕੀਤਾ, ਉਹਦੀ ਬੇਸ 'ਤੇ ਤੁਹਾਡੇ ਅਗਲੇ ਸਾਲ ਦੀਆਂ ਪ੍ਰਮੋਸ਼ਨਸ ਜਾਂ ਇਨਕਰੀਮੈਂਟਸ ਵਗੈਰਾ ਸੈੱਟ ਕੀਤੇ ਜਾਂਦੇ ਨੇ। ਇੱਦਾਂ ਹੀ ਸਾਡੀ ਪਰਸਨਲ ਲਾਈਫ ਦੇ ਵਿੱਚ ਹੁਣ ਮੈਂ ਇੱਦਾਂ ਹੀ ਸਾਡੀ ਪਰਸਨਲ ਲਾਈਫ ਦੇ ਵਿੱਚ ਜਦੋਂ ਨਵਾਂ ਸਾਲ ਆਉਂਦਾ ਆ ਅਸੀਂ ਅਗਲੇ ਸਾਲ ਆਪਣਾ ਕਿੱਦਾਂ ਦੀ ਜ਼ਿੰਦਗੀ ਗੁਜ਼ਾਰਨੀ ਆ, ਕਿਹੜੀਆਂ ਬੁਰੀਆਂ ਆਦਤਾਂ ਨੇ ਜਿਹੜੀਆਂ ਛੱਡਣੀਆਂ ਨੇ, ਕਿਹੜੀਆਂ ਅੱਛੀਆਂ ਚੀਜ਼ਾਂ ਅਪਣਾਉਣੀਆਂ ਨੇ, ਆਪਣੇ ਆਪ ਕਿਸ ਹਵਾਲੇ ਦੇ ਨਾਲ ਤਬਦੀਲੀ ਜਾਂ ਇੰਪਰੂਵਮੈਂਟ ਲੈ ਕੇ ਆਉਣੀ ਹੈ ਜਿਹੜੀ ਸਾਡੇ ਵਾਸਤੇ, ਸਾਡੇ ਸਰਾਊਂਡਿੰਗ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਵਾਸਤੇ ਅੱਛੀ ਸਾਬਤ ਹੋ ਸਕੇ।
ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਟਾਰਗੇਟ ਸੈੱਟ ਕਰਦੇ ਹਾਂ। ਅਤੇ ਉਹ ਟਾਰਗੇਟਸ ਬੇਸਿਕਲੀ ਐਸੇ ਹੋਣੇ ਚਾਹੀਦੇ ਆ ਜਿਹੜੇ ਰੀਜ਼ਨੇਬਲ ਹੋਣ, ਅਚੀਵੇਬਲ ਹੋਣ, ਸੈਂਸ ਮੇਕ ਕਰਦੇ ਹੋਣ ਕਿ ਅਚੀਵ ਹੋ ਵੀ ਸਕਦੇ ਨੇ ਔਰ ਤੁਹਾਡੇ ਵਾਸਤੇ ਕਿੱਦਾਂ ਉਹ ਅੱਛੇ ਸਾਬਤ ਹੋ ਸਕਦੇ ਨੇ। ਜਦੋਂ ਤੁਸੀਂ ਟਾਰਗੇਟ ਸੈੱਟ ਕਰ ਲਏ, ਉਸ ਤੋਂ ਬਾਅਦ ਯੂ ਨੀਡ ਟੂ ਸੈੱਟ ਅ ਸਟਰੈਟਜੀ ਕਿ ਤੁਸੀਂ ਉਹਨਾਂ ਟਾਰਗੇਟਸ ਨੂੰ ਅਚੀਵ ਕਿੱਦਾਂ ਕਰਨਾ ਆ। ਮਿਸਾਲ ਦੇ ਤੌਰ 'ਤੇ ਤੁਸੀਂ ਕਹਿੰਦੇ ਹੋ ਜੀ ਮੈਂ ਆਪਣੀ ਜੋਬ ਚੇਂਜ ਕਰਨੀ ਹੈ, ਮੈਂ ਅੱਛੀ ਜੋਬ ਤਲਾਸ਼ ਕਰਨੀ ਹੈ, ਜਾਂ ਤੁਸੀਂ ਕਹਿੰਦੇ ਹੋ ਕਿ ਮੈਂ ਆਪਣੀ ਐਜੂਕੇਸ਼ਨ ਕੰਪਲੀਟ ਕਰਨੀ ਹੈ, ਮੈਂ ਮੇਰਾ ਫਲਾਂ ਐਗਜ਼ਾਮ ਰਹਿੰਦਾ ਹੈ ਮੈਂ ਉਹਨੂੰ ਕੰਪਲੀਟ ਕਰਨਾ ਹੈ, ਜਾਂ ਤੁਸੀਂ ਕਹਿੰਦੇ ਹੋ ਮੈਂ ਆਪਣਾ ਵੇਟ ਲੂਜ਼ ਕਰਨਾ ਹੈ, ਮੈਂ ਜਨਾਬ ਵੇਟ ਗੇਨ ਕਰਨਾ ਆ, ਮੈਂ ਜਿਮ ਜਾਣਾ ਆ, ਮੈਂ ਆਹ ਅਚੀਵ ਕਰਨਾ, ਮੈਂ ਉਹ ਅਚੀਵ ਕਰਨਾ। ਤਾਂ ਓਬਵੀਅਸਲੀ ਤੁਸੀਂ ਜੋ ਟਾਰਗੇਟ ਸੈੱਟ ਕਰੋ ਤੁਸੀਂ ਫਾਈਨਲ ਪ੍ਰੋਡਕਟ ਨੂੰ ਸੈੱਟ ਕਰਦੇ ਹੋ, ਡੈਸਟੀਨੇਸ਼ਨ ਕਿ ਮੈਂ ਇੱਥੇ ਪਹੁੰਚਣਾ। ਸਟਰੈਟਜੀ ਹੁੰਦੀ ਹੈ ਬੇਸਿਕਲੀ ਕਿ ਤੁਸੀਂ ਉਸ ਪੁਆਇੰਟ 'ਤੇ ਕਿੱਦਾਂ ਪਹੁੰਚਣਾ, ਉਹ ਜਿਹੜਾ ਪ੍ਰੋਸੈਸ ਹੁੰਦਾ ਹੈ ਸਟੈਪ ਬਾਏ ਸਟੈਪ ਉੱਥੇ ਪਹੁੰਚਣ ਦਾ, ਉਹ ਸਟਰੈਟਜੀ ਹੁੰਦੀ ਹੈ। ਜਿੱਦਾਂ ਮੈਂ ਤੁਹਾਨੂੰ ਆਪਣੇ ਵਰਕ ਦਾ ਦੱਸਿਆ, ਕੰਮ ਤਾਂ ਬੇਸਿਕਲੀ ਸ਼ੁਰੂ ਦੇ ਵਿੱਚ ਟਾਰਗੇਟ ਸੈੱਟ ਕਰੀਦੇ ਆ, ਫਿਰ ਤੁਹਾਡੇ ਕੋਲ 12 ਮਹੀਨੇ ਦਾ ਟਾਈਮ ਆ ਉਹਨਾਂ ਟਾਰਗੇਟਸ ਨੂੰ ਅਚੀਵ ਕਰਨ ਵਾਸਤੇ। ਅਤੇ ਓਬਵੀਅਸਲੀ ਜਿਹੜਾ ਤੁਸੀਂ ਟਾਰਗੇਟ ਸੈੱਟ ਕੀਤਾ ਆ ਉਸਨੂੰ ਇੱਕ ਵਾਰੀ ਤਾਂ ਨਹੀਂ ਨਾ ਅਚੀਵ ਕਰ ਲੈਣਾ, ਉਹਨੂੰ ਸਟੈਪ ਬਾਏ ਸਟੈਪ ਅਚੀਵ ਕਰਨਾ ਆ। ਅਤੇ ਉਹਦੀ ਤੁਸੀਂ ਮਜਰਮੈਂਟ ਕਰਨੀ ਆ ਪੀਰੀਓਡਿਕਲੀ, ਆਈਡੀਅਲੀ ਤਾਂ ਮੰਥਲੀ, ਕਿ ਤੁਸੀਂ ਜਿਹੜਾ ਟਾਰਗੇਟ ਸੈੱਟ ਕੀਤਾ ਸੀ ਉਹਨੂੰ ਹਾਸਲ ਕਰਨ ਵਾਸਤੇ ਪਹਿਲੇ ਮਹੀਨੇ ਤੁਸੀਂ ਕਿੰਨਾ ਕੰਮ ਕੀਤਾ, ਦੂਸਰੇ ਮਹੀਨੇ ਕਿੰਨਾ ਕੰਮ ਕੀਤਾ, ਤੀਸਰੇ ਮਹੀਨਾ ਕਿੰਨਾ ਕੰਮ ਕੀਤਾ। ਸੋ ਇਹ ਜਿਹੜੀ ਮਜਰਮੈਂਟ ਹੈ ਨਾ ਟੂਵਰਡਸ ਦ ਅਚੀਵਮੈਂਟ ਆਫ ਯੋਰ ਟਾਰਗੇਟ, ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਅਗਰ ਕਿਸੇ ਚੀਜ਼ ਦੀ ਪਰਫੋਰਮੈਂਸ ਨੂੰ, ਉਹਦੀ ਅਚੀਵਮੈਂਟ ਨੂੰ ਤੁਸੀਂ ਮਜਰ ਨਹੀਂ ਨਾ ਕਰ ਸਕਦੇ ਤਾਂ ਉਹਦਾ ਹਾਸਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਸਾਡਾ ਇੱਕ ਸਬਜੈਕਟ ਸੀਗਾ, ਉਹਦੇ 'ਚ ਇੱਕ ਫਰੇਜ਼ ਸੀ ਜਿਹੜੀ ਅਸੀਂ ਵਾਰ ਵਾਰ ਪੜ੍ਹਦੇ ਸੀ, ਸਾਨੂੰ ਐਗਜ਼ਾਮ 'ਚ ਲਿਖਣੀ ਵੀ ਪਈ ਸੀ, ਉਹ ਕੁਛ ਇੱਦਾਂ ਸੀਗੀ ਕਿ ਵਟ ਗੈਟਸ ਮਈਅਰਡ ਗੈਟਸ ਡਨ। ਅਗਰ ਤੁਸੀਂ ਕਿਸੇ ਚੀਜ਼ ਦੀ ਮਜਰਮੈਂਟ ਨੂੰ ਮਈਅਰ ਕਰ ਸਕ ਪਰਫੋਰਮੈਂਸ ਨੂੰ ਮਈਅਰ ਕਰ ਸਕਦੇ ਹੋ ਨਾ ਕਿ ਉਹ ਕਿੰਨੀ ਹੋ ਗਈ ਆ, ਤਾਂ ਇਹਦਾ ਮਤਲਬ ਆ ਕਿ ਤੁਸੀਂ ਉਹਨੂੰ ਅਚੀਵ ਕਰ ਸਕਦੇ ਹੋ। ਅਗਰ ਕੋਈ ਐਸੀ ਚੀਜ਼ ਹੈ ਜਿਹਦੀ ਤੁਸੀਂ ਮਜਰਮੈਂਟ ਉਹਦੀ ਪਰਫੋਰਮੈਂਸ ਮਈਅਰ ਹੀ ਨਹੀਂ ਕਰ ਸਕਦੇ, ਦੈਨ ਤੁਹਾਡੇ ਵਾਸਤੇ ਮੁਸ਼ਕਲ ਹੋ ਜਾਂਦਾ ਉਹਨੂੰ ਫਾਈਨਲੀ ਹਾਸਲ ਕਰਨਾ। ਤੁਹਾਨੂੰ ਪਤਾ ਨਹੀਂ ਹੁੰਦਾ ਕਿ ਯਾਰ ਮੈਂ ਸਹੀ ਡਾਇਰੈਕਸ਼ਨ 'ਚ ਵੀ ਜਾ ਰਿਹਾ ਨਹੀਂ, ਜਾਂ ਮੈਂ ਆਪਣੀ ਡੈਡਲਾਈਨ ਦੇ ਉੱਤੇ ਇਹਨੂੰ ਹਾਸਲ ਕਰ ਵੀ ਸਕਾਂਗਾ ਕਿ ਨਹੀਂ। ਸੋ ਇਹ ਚੀਜ਼ਾਂ ਮੈਟਰ ਕਰਦੀਆਂ ਨੇ। ਅਗਰ ਤੁਸੀਂ ਮਜਰਮੈਂਟ ਕਰ ਸਕਦੇ ਹੋ ਦੈਨ ਚਾਂਸਸ ਜ਼ਿਆਦਾ ਹੁੰਦੇ ਆ, ਅਗਰ ਮਜਰਮੈਂਟ ਨਹੀਂ ਕਰ ਸਕਦੇ ਦੈਨ ਮੁਸ਼ਕਲ ਹੋ ਜਾਂਦੇ ਆ। There you go. Yes. You need a drink or something? Yeah, please, orange juice, please. Do you want a roti as well, Hayes? No. ਲਓ ਜੀ, ਪਹਿਲੇ ਪੇਟ ਪੂਜਾ ਫਿਰ ਕੰਮ ਦੂਜਾ।
ਰੋਟੀ ਅਲਹਮਦੁਲਿਲਾ ਬਣਾ ਲਈ ਹੈ ਅਤੇ ਭਿੰਡੀਆਂ ਬੇਗਮ ਨੇ ਬਣਾਈਆਂ ਹੋਈਆਂ ਸੀ ਬੜੇ ਦਿਨਾਂ ਦੀਆਂ, ਮੈਨੂੰ ਮੌਕਾ ਨਹੀਂ ਸੀ ਮਿਲਿਆ ਟਰਾਈ ਕਰਨ ਦਾ। ਟੁਡੇ ਇਜ਼ ਦਾ ਮੂਮੈਂਟ ਆਫ ਟਰੁੱਥ। ਦਿਸ ਇਜ਼ ਨਾਟ ਅ ਡ੍ਰਿਲ, ਦਿਸ ਇਜ਼ ਨਾਟ ਅ ਡ੍ਰਿਲ, ਇਟ ਇਜ਼ ਦਾ ਮੂਮੈਂਟ ਆਫ ਟਰੁੱਥ। ਭਿੰਡੀਆਂ ਵੈਸੇ ਮੇਰੀਆਂ ਫੇਵਰੇਟ ਨੇ, ਬਣੀਆਂ ਵੀ ਅੱਛੀਆਂ ਨੇ ਅਲਹਮਦੁਲਿਲਾ। ਇਹ ਜਿਹੜਾ ਟਾਰਗੇਟ ਸੈਟਿੰਗ ਕੰਮ ਆ ਨਾ, ਇਟਸ ਅ ਸੀਰੀਅਸ ਥਿੰਗ। ਅਸੀਂ ਇਹਨੂੰ ਐਵੇਂ ਨਿਊ ਈਅਰ ਡੇ ਵਾਲਾ ਨਾ, ਇੱਕ ਐਵੇਂ ਬਸ ਤੁਸੀਂ ਸੈਰੇਮਨੀ ਨਾ ਸਮਝ ਲਓ ਕਿ ਜਨਾਬ ਨਿਊ ਈਅਰ 'ਤੇ ਇੱਕ ਰੈਜੋਲੂਸ਼ਨ ਬਣਾਉਣਾ ਆ। ਸੀਰੀਅਸ ਟਾਰਗੇਟ ਸੈੱਟ ਕਰਨਾ, ਸਟਰੈਟਜੀ ਬਣਾਉਣੀ ਉਹਨੂੰ ਅਚੀਵ ਕਰਨ ਵਾਸਤੇ, ਔਰ ਫਿਰ ਉਹਦੀ ਜਿਹੜੀ ਅਚੀਵਮੈਂਟ ਆ ਉਹਨੂੰ ਮੋਨੀਟਰ ਕਰਨਾ ਥਰੂ ਆਊਟ ਦਾ ਈਅਰ। ਇਹ ਮੈਂ ਕਿਉਂ ਕਹਿ ਰਿਹਾ, ਕਿਉਂਕਿ ਅਗਰ ਤੁਹਾਡਾ ਟਾਰਗੇਟ ਜਿਹੜਾ ਉਹ ਸਮਾਰਟ ਨਹੀਂ ਹੋਏਗਾ, ਅਗਰ ਤੁਹਾਡਾ ਟਾਰਗੇਟ ਅਚੀਵੇਬਲ ਨਹੀਂ ਹੋਏਗਾ, ਤੁਸੀਂ ਉਹਦੀ ਅਚੀਵਮੈਂਟ ਨੂੰ ਮਜ਼ਰ ਹੀ ਨਹੀਂ ਕਰ ਸਕਦੇ ਕਿ ਤੁਸੀਂ ਉਸ ਡਾਇਰੈਕਸ਼ਨ ਜਾ ਵੀ ਰਹੇ ਹੋ ਜਾਂ ਨਹੀਂ, ਤੇ ਇਟਸ ਜਸਟ ਅ ਵਿਸ਼। ਇੱਕ ਟਾਰਗੇਟ ਜਿਹਨੂੰ ਹਾਸਲ ਕਰਨ ਦੀ ਤੁਹਾਡੇ ਕੋਈ ਸਟ੍ਰੈਟਜੀ ਨਹੀਂ ਹੈਗੀ, ਕੋਈ ਪਲਾਨ ਆਫ ਐਕਸ਼ਨ ਨਹੀਂ ਹੈਗਾ, ਇਟਸ ਜਸਟ ਅ ਵਿਸ਼। ਵਿਸ਼ ਉਹ ਹੁੰਦੀ ਹੈ ਕਿ ਹਾਏ ਮੇਰੇ ਕੋਲ ਆਹ ਹੋਵੇ, ਮੇਰੇ ਕੋਲ ਉਹ ਹੋਵੇ, ਲੇਕਿਨ ਤੁਹਾਡੇ ਕੋਲ ਉਹ ਕਿਉਂ ਹੋਵੇ, ਕਿੱਦਾਂ ਹੋਵੇ, ਤੁਹਾਨੂੰ ਕੀ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਉਹ ਮਿਲ ਜਾਵੇ, ਉਹ ਪਲਾਨ ਤੁਹਾਡੇ ਕੋਈ ਨਹੀਂ ਹੁੰਦਾ। ਸੋ ਜਸਟ ਜਸਟ ਅ ਵਿਸ਼। ਹੁਣ ਮੈਂ ਚਾਹੁੰਦਾ ਕਿ ਮੈਂ ਜੈਫ ਬੀਜ਼ੋਜ਼, ਉਹ ਮੇ ਬੀ ਈਲੋਨ ਮਸਕ, ਜਾਂ ਉਹ ਜਿਹੜਾ ਮਾਈਕਰੋਸਾਫਟ ਦਾ ਮਾਲਕ ਆ, ਮੈਂ ਉਹਦੇ ਜਿੰਨੀ ਦੌਲਤ ਕਮਾ ਲਵਾਂ। ਅੱਛਾ ਠੀਕ ਆ, ਇਟਸ ਅ ਟਾਰਗੇਟ, ਗੁੱਡ ਟਾਰਗੇਟ ਆ, ਬਟ ਉਹਨੂੰ ਹਾਸਲ ਕਰਨ ਵਾਸਤੇ ਮੇਰੇ ਕੋਲ ਕੀ ਸਟ੍ਰੈਟਜੀ ਆ? ਡੂ ਆਈ ਹੈਵ ਅ ਪਲਾਨ ਕਿ ਮੈਂ ਉੱਥੇ ਕਿੱਦਾਂ ਪਹੁੰਚਣਾ ਆ? ਮੈਂ ਹੁਣ ਕਿਹੜਾ ਕੰਮ ਸ਼ੁਰੂ ਕਰਾਂ ਜਿਹੜਾ ਸਟੈਪਿੰਗ ਸਟੋਨ ਬਣੇਗਾ ਮੇਰੇ ਅਗਲੇ ਤੁਸੀਂ ਕਹਿ ਲਓ ਕਿ ਸਟੇਜ ਵਾਸਤੇ, ਜਾਂ ਉੱਥੇ ਮੈਂ ਕਿਹੜਾ ਕੰਮ ਕਰਾਂਗਾ ਜਿਹਦੀ ਮਦਦ ਨਾਲ ਮੈਨੂੰ ਇੱਕ ਸਟੈਪ ਉੱਪਰ ਜਾਣ ਦੀ ਮਦਦ ਮਿਲੇਗੀ? ਅਗਰ ਐਸਾ ਮੇਰੇ ਕੋਲ ਕੋਈ ਪਲਾਨ ਨਹੀਂ ਨਾ ਹੈਗਾ, ਦੈਨ ਇਟਸ ਜਸਟ ਅ ਵਿਸ਼। ਵਿਸ਼ ਇਜ਼ ਫਿਰ ਤੁਸੀਂ ਸਾਰੀ ਜ਼ਿੰਦਗੀ ਗੁਜ਼ਾਰ ਲੈਂਦੇ ਹੋ, ਇੱਕ ਸਾਲ ਕੀ ਹੈ, ਫਿਰ ਐਂਡ 'ਤੇ ਬਹਿ ਕੇ ਸੋਚਦੇ ਹੋ ਕਿ ਹਾਏ ਯਾਰ ਆਈ ਵਿਸ਼ ਡਿੱਕੇ ਆਹ ਹੋਵੇ, ਆਏ ਬਲਕਿ ਵਿਸ਼ਡ ਵੀ ਨਹੀਂ ਕਿਹਾ ਜਾਂਦਾ, ਦੈਟਸ ਅ ਡਿਫਰੈਂਟ ਥਿੰਗ, ਬਟ ਤੁਸੀਂ ਕਹਿੰਦੇ ਹੋ ਕਿ ਆਈ ਵਿਸ਼ ਕਿ ਮੇਰੇ ਕੋਲ ਆਹ ਹੋਵੇ, ਜਾਂ ਆਈ ਵਿਸ਼ਡ ਜਨਾਬ ਕਿ ਆਈ ਵਾਸ ਦਾ ਰਿਚੈਸਟ ਮੈਨ ਆਫ ਦਾ ਵਰਲਡ। ਬਟ ਅਗਰ ਕਿਸੇ ਟਾਰਗੇਟ ਦੇ ਹਸੂਲ ਵਾਸਤੇ ਸਾਡੇ ਕੋਲ ਸਟ੍ਰੈਟਜੀ ਨਹੀਂ ਹੈਗੀ, ਦੈਨ ਦੈਟਸ ਜਸਟ ਅ ਵਿਸ਼। ਤੁਸੀਂ ਉਹਨੂੰ ਇੱਕ ਨਵੇਂ ਸਾਲ ਦੀ ਰਸਮ ਬਣਾ ਕੇ ਇੰਜੋਏ ਕਰ ਲਓ ਕਿ ਜੀ ਫਸਟ ਆਫ ਐਵਰੀ ਈਅਰ ਯੂ ਨੀਡ ਟੂ ਮੇਕ ਅ ਰੈਜੋਲੂਸ਼ਨ, ਅਤੇ 2 ਤਰੀਕ ਨੂੰ ਤੁਸੀਂ ਭੁੱਲ ਜਾਣਾ ਕਿ ਤੁਸੀਂ ਰੈਜੋਲੂਸ਼ਨ ਕੀ ਕੀਤਾ ਸੀ। ਦੈਟਸ ਜਸਟ ਨੌਨਸੈਂਸ। ਉਹ ਤੁਸੀਂ ਉਸ ਤੋਂ ਬਿਹਤਰ ਆ ਨਾ ਹੀ ਜ਼ਹਿਮਤ ਕਰੋ ਰੈਜੋਲੂਸ਼ਨ ਬਣਾਉਣ ਦੀ। ਰੈਜੋਲੂਸ਼ਨ ਬਣਾਓ, ਟਾਰਗੇਟ ਸੈੱਟ ਕਰੋ, ਔਰ ਥਰੂ ਆਊਟ ਦਾ ਈਅਰ ਹਰ ਮਹੀਨੇ ਉਹਦੀ ਪਰਫੋਰਮੈਂਸ ਨੂੰ ਮਈਅਰ ਕਰੋ ਕਿ ਤੁਸੀਂ ਉਸ ਡਾਇਰੈਕਸ਼ਨ 'ਚ ਜਾ ਰਹੇ ਹੋ ਜਾਂ ਨਹੀਂ ਜਾ ਰਹੇ। ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ। ਅੱਲਾ ਕਰੇ ਤੁਸੀਂ ਸਾਰੇ ਲੋਕ ਜਿਹੜੇ ਟਾਰਗੇਟ ਸੈੱਟ ਕਰੋ ਉਹ ਹਾਸਲ ਕਰੋ, ਉਹਨਾਂ ਨੂੰ ਹਾਸਲ ਕਰਨ ਵਾਸਤੇ ਤੁਸੀਂ ਮਿਹਨਤ ਕਰੋ, ਅੱਲਾ ਤੁਹਾਡੀ ਮਿਹਨਤ ਨੂੰ ਜ਼ਾਇਆ ਨਾ ਕਰੇ। ਔਰ ਉਮੀਦ ਕਰਦੇ ਹਾਂ ਇਨਸ਼ਾਅੱਲਾ ਕਿ ਹੁਣ ਤੁਹਾਡੇ ਨਾਲ ਮੁਲਾਕਾਤ ਹੋਏਗੀ ਅਗਲੇ ਸਾਲ। ਮੈਂ ਪਹਿਲੇ ਵੀ ਕਹਿ ਚੁੱਕਿਆ ਇੱਕ ਵੀਡੀਓ ਦੇ ਵਿੱਚ ਕਿ ਅਗਲੇ ਸਾਲ ਮੁਲਾਕਾਤ ਹੋਏਗੀ, ਲੇਕਿਨ ਉਸ ਵੀਡੀਓ ਤੋਂ ਬਾਅਦ ਆਈ ਥਿੰਕ ਦਿਸ ਇਜ਼ ਗੋਇੰਗ ਟੂ ਬੀ ਥਰਡ ਵੀਡੀਓ। ਬਟ ਡੈਫੀਨੇਟਲੀ ਹੁਣ ਆਮ ਗੋਇੰਗ ਟੂ ਟੇਕ ਅ ਬ੍ਰੇਕ ਫੋਰ ਫਿਊ ਡੇਜ਼, ਔਰ ਅਗਲੀ ਵੀਡੀਓ ਇਨਸ਼ਾਅੱਲਾ ਮੈਂ ਤੁਹਾਡੇ ਵਾਸਤੇ ਬਣਾਵਾਂਗਾ ਨਿਊ ਈਅਰ ਦੇ ਵਿੱਚ। ਨਿਊ ਈਅਰ ਦੇ ਵਿੱਚ ਫਿਰ ਜਿਹੜੇ ਆਪਣੇ ਰੈਜੋਲੂਸ਼ਨਸ ਹੋਣਗੇ, ਟਾਰਗੇਟਸ ਹੋਣਗੇ, ਉਹਨਾਂ ਨੂੰ ਹਾਸਲ ਕਰਨ ਵਾਸਤੇ ਕੋਸ਼ਿਸ਼ ਕਰਾਂਗੇ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਤੁਹਾਡੇ ਨਾਲ ਮੁਲਾਕਾਤ ਹੋਏਗੀ ਡੈਫੀਨੇਟਲੀ ਹੁਣ ਅਗਲੇ ਸਾਲ। ਔਰ ਅਗਰ ਵੀਡੀਓ ਪਸੰਦ ਆਈ ਆ ਪਲੀਜ਼ ਲਾਈਕ, ਸ਼ੇਅਰ ਐਂਡ ਕਮੈਂਟ, ਔਰ ਅਗਰ ਤੁਹਾਨੂੰ ਮੇਰਾ ਕੰਟੈਂਟ ਪਸੰਦ ਆ ਦੈਨ ਪਲੀਜ਼ ਕੰਸੀਡਰ ਸਬਸਕ੍ਰਾਈਬਿੰਗ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਉਦੋਂ ਤੱਕ ਅੱਲਾ ਹਾਫਿਜ਼।